ਪੰਜਾਬੀ ਖਬਰਾਂ ਦੇ ਵਿੱਚ ਵੱਡੀ ਖਬਰ ਨਿਕਲ ਕੇ ਆ ਰਹੀ ਹੈ। ਦਿੱਲੀ ਦੇ ਉਪ ਮੁੱਖ ਮੰਤਰੀ ਤੇ ਵਿੱਤ ਮੰਤਰੀ ਮਨੀਸ਼ ਸਿਸੋਦੀਆ ਨੇ ਅੱਜ ਵਿਧਾਨ ਸਭਾ ਵਿੱਚ ਪਹਿਲਾ ਪੇਪਰਲੈਸ ਬਜਟ ਪੇਸ਼ ਕੀਤਾ। ਮਨੀਸ਼ ਸਿਸੋਦੀਆ ਨੇ ਟੈਬਲੇਟ ਤੋਂ ਇਹ ਬਜਟ ਭਾਸ਼ਣ ਪੜਿਆ ਤੇ ਇਸ ਦੇ ਵਿੱਚ ਵਿਧਾਇਕਾਂ ਨੂੰ ਵੀ ਟੈਬਲੇਟ ਦਿੱਤੇ ਗਏ ਸਨ। ਬਜਟ ਪੇਸ਼ ਕਰਨ ਤੋਂ ਪਹਿਲਾਂ ਉਹਨਾਂ ਨੇ ਕਸ਼ਮੀਰੀ ਗੇਟ ਸਥਿਤ ਹਨੂੰਮਾਨ ਮੰਦਿਰ ਦੇ ਵਿੱਚ ਜਾ ਕੇ ਮੱਥਾ ਟੇਕਿਆ ਤੇ ਆਸ਼ੀਰਵਾਦ ਲਿਆ। ਮਨੀਸ਼ ਸਿਸੋਦੀਆ ਨੇ ਵਿੱਤ ਸਾਲ 2021-22 ਵਾਸਤੇ 69,000 ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ, ਜੋ ਪਿਛਲੀ ਵਾਰ ਨਾਲੋਂ 4,000 ਕਰੋੜ ਜ਼ਿਆਦਾ ਹੈ। ਕੋਰੋਨਾ ਕਾਲ ਦੇ ਵਿੱਚ ਪੇਸ਼ ਪਹਿਲੇ ਬਜਟ ਦੇ ਵਿੱਚ ਮਨੀਸ਼ ਸਿਸੋਦੀਆ ਨੇ ਔਰਤਾਂ ਵਾਸਤੇ ਵਿਸ਼ੇਸ਼ ਮੁਹੱਲਾ ਕਲੀਨਿਕ ਖੋਲ੍ਹਣ ਦੀ ਗੱਲ ਕਹੀ ਹੈ ਤੇ ਉਹਨਾਂ ਨੇ ਦੱਸਿਆ ਕਿ NDA ਦੀ ਤਿਆਰੀ ਕਰਨ ਵਾਸਤੇ ਰਾਜ ਵਿੱਚ ਸੈਨਿਕ ਸਕੂਲ ਖੋਲ੍ਹਣ ਦਾ ਵੀ ਐਲਾਨ ਕੀਤਾ ਗਿਆ। ਨੰਬਰ 2 ਤੇ ਮਨੀਸ਼ ਸਿਸੋਦੀਆ ਨੇ ਕਿਹਾ ਕਿ ਆਜ਼ਾਦੀ ਦੇ 75 ਸਾਲ ਪੂਰੇ ਹੋਣ ਦੇ ਮੌਕੇ ਤੇ ਦਿੱਲੀ ਦੇ ਵਿੱਚ ਦੇਸ਼ ਭਗਤੀ ਪਾਠਕ੍ਰਮ ਦੀ ਸ਼ੁਰੂਆਤ ਕੀਤੀ ਜਾਵੇਗੀ ਤਾਂ ਕਿ ਹਰ ਬੱਚਾ ਦੇਸ਼ ਭਗਤ ਬਣੇ। ਹਰ ਪੜ੍ਹਿਆ ਲਿਖਿਆ ਵਿਅਕਤੀ ਔਰਤਾਂ ਦਾ ਸਨਮਾਨ ਰੱਖੇ, ਸਕੂਲਾਂ ਦੇ ਵਿੱਚ ਦੇਸ਼ ਭਗਤ ਵਿਅਕਤੀ ਤਿਆਰ ਕੀਤੇ ਜਾਣਗੇ। ਨੰਬਰ 3 ਮਨੀਸ਼ ਸਿਸੋਦੀਆ ਨੇ ਬਜਟ ਦੇ ਵਿੱਚ ਦਿੱਲੀ ਵਾਲੇ ਲੋਕਾਂ ਨੂੰ ਮੁਫ਼ਤ ਵੈਕਸੀਨ ਦਾ ਪ੍ਰਾਵਧਾਨ ਦਾ ਐਲਾਨ ਕੀਤਾ, ਜਦਕਿ ਅਗਲੇ ਫੇਜ਼ ਵਿੱਚ ਆਮ ਲੋਕਾਂ ਦੇ ਵੈਕਸੀਨ ਦਾ ਨੰਬਰ ਆਵੇਗਾ ਤੇ ਦਿੱਲੀ ਸਰਕਾਰ ਦੀ ਤਰਫ ਤੋਂ ਸਰਕਾਰੀ ਹਸਪਤਾਲਾਂ ਵਿੱਚ ਮੁਫ਼ਤ ਵੈਕਸੀਨ ਦੇਣ ਦੀ ਗੱਲਬਾਤ ਦੇ ਉੱਪਰ ਵੀ ਬਜਟ ਬਣਾਇਆ ਗਿਆ। 4 ਨੰਬਰ 'ਤੇ ਮਨੀਸ਼ ਸਿਸੋਦੀਆ ਨੇ ਕਿਹਾ ਕਿ ਆਜ਼ਾਦੀ ਦੇ 100 ਸਾਲ ਪੂਰੇ ਹੋਣ ਤੋਂ ਬਾਅਦ ਵੀ 2047 ਤੱਕ ਕੇਜਰੀਵਾਲ ਸਰਕਾਰ ਦਾ ਲਕਸ਼ ਦਿੱਲੀ ਦੇ ਪ੍ਰਤੀ ਵਿਅਕਤੀ ਦੀ ਆਮਦਨ ਨੂੰ ਵਧਾ ਕੇ ਸਿੰਗਾਪੁਰ 'ਚ ਬੈਠੇ ਵਿਅਕਤੀਆਂ ਪ੍ਰਤੀ ਆਮਦਨ ਬਰਾਬਰ ਕਰਨ ਦਾ ਹੈ। ਸਿਸੋਦੀਆ ਨੇ ਕਿਹਾ ਕਿ ਦਿੱਲੀ 'ਚ ਅਸੀਂ ਸਵਤੰਤਰ ਸੰਗਰਾਮ ਸੈਨਾਨੀਆਂ ਦੇ ਰਿਣੀ ਹਾਂ। ਆਜ਼ਾਦੀ ਦੇ 75 ਸਾਲ ਨੂੰ ਧਿਆਨ ਵਿੱਚ ਰੱਖਦੇ ਹੋਏ ਮਾਰਚ 12 ਤੋਂ 15 ਅਗਸਤ 2022 ਤੱਕ ਦੇਸ਼ ਭਗਤੀ ਨਾਲ ਜੁੜੇ ਹੋਏ ਕਾਰਜਕ੍ਰਮ ਕੀਤੇ ਜਾਣਗੇ। ਨੰਬਰ 6 'ਚ ਮਨੀਸ਼ ਸਿਸੋਦੀਆ ਨੇ ਕਿਹਾ ਹੈ ਕਿ ਦਿੱਲੀ ਦੇ ਵਿੱਚ 500 ਏਦਾਂ ਦੇ ਸਥਾਨ ਨੇ ਜਿੱਥੇ ਰਾਸ਼ਟਰੀ ਧਵਜ ਦੇ ਨਾਲ ਉੱਚੇ ਧਵਜ ਸਤੰਭਾਂ ਦੀ ਸਥਾਪਨਾ ਕੀਤੀ ਜਾਵੇਗੀ। 45 ਕਰੋੜ ਰੁਪਏ ਦੀ ਆਵੰਟਨ ਇਸ ਵਿੱਚ ਕੀਤਾ ਗਿਆ। ਨੰਬਰ 7 ਉਹਨਾਂ ਨੇ ਐਲਾਨ ਕੀਤਾ ਕਿ ਦਿੱਲੀ ਦੀ ਅਲੱਗ ਅਲੱਗ ਕਲੋਨੀਆਂ ਵਿੱਚ ਸਰਕਾਰ ਦੀ ਤਰਫੋਂ ਧਿਆਨ ਤੇ ਯੋਗ ਸ਼ਿਵਰ ਉਪਲਬਧ ਕਰਵਾਏ ਜਾਣਗੇ। ਸਿਸੋਦੀਆ ਨੇ ਕਿਹਾ ਕਿ 25 ਕਰੋੜ ਦਾ ਆਵੰਟਨ ਇਸ ਵਿੱਚ ਪ੍ਰਸਤਾਵਿਤ ਕੀਤਾ ਗਿਆ। ਨੰਬਰ 8 ਦਿੱਲੀ ਦੇ ਹਰ ਨਾਗਰਿਕ ਨੂੰ ਹੈਲਥ ਵਾਰਡ ਕਾਰਡ ਦਿੱਤਾ ਜਾਵੇਗਾ, ਹਰ ਵਿਅਕਤੀ ਦਾ ਆਨਲਾਈਨ ਡੇਟਾ ਉਪਲਬਧ ਕੀਤਾ ਜਾਵੇਗਾ। ਇਹਦੇ ਤਹਿਤ ਹਸਪਤਾਲਾਂ ਵਿੱਚ ਪੁਰਾਣੇ ਇਲਾਜ ਦੀ ਹਰ ਜਾਣਕਾਰੀ ਉਪਲਬਧ ਹੋਵੇਗੀ ਤੇ ਉਹਨਾਂ ਨੂੰ ਸਵਸਥ ਕਰਨ ਵਾਸਤੇ 9,934 ਕਰੋੜ ਰੁਪਏ ਦਾ ਬਜਟ ਪ੍ਰਸਤੁਤ ਕੀਤਾ ਗਿਆ। ਨੰਬਰ 9 ਮਨੀਸ਼ ਸਿਸੋਦੀਆ ਨੇ ਕਿਹਾ ਕਿ ਦਿੱਲੀ ਦੇ ਵਿੱਚ 5,651 ਸਕੂਲ ਨੇ। ਨੀਤੀ ਆਯੋਗ ਦਾ ਮੰਨਣਾ ਹੈ ਕਿ ਦਿੱਲੀ ਦੇ ਵਿੱਚ ਸਰਕਾਰੀ ਸਕੂਲ ਨੰਬਰ 1 ਤੇ ਨੇ। ਉਹਨਾਂ ਨੇ ਦੱਸਿਆ ਕਿ 16 ਲੱਖ ਬੱਚੇ ਹੈਪੀਨੈਸ ਕਲਾਸਾਂ ਦੇ ਜ਼ਰੀਏ ਆਪਣੀਆਂ ਕਲਾਸਾਂ ਦੀ ਸ਼ੁਰੂਆਤ ਕਰ ਰਹੇ ਨੇ। ਸਿਸੋਦੀਆ ਨੇ ਕਿਹਾ ਕਿ ਹੁਣ ਇੰਟਰਨੈਸ਼ਨਲ ਸੇਲ ਦੀ ਸਥਾਪਨਾ ਕੀਤੀ ਜਾਵੇਗੀ। ਦਿੱਲੀ ਦੇ ਸਕੂਲਾਂ ਦੇ ਵਿੱਚ ਇੰਟਰ ਪ੍ਰੋਗਰੈਸਿਵ ਕਾਰਜਕ੍ਰਮ ਦੇ ਤਹਿਤ 2,000 ਰੁਪਏ ਪ੍ਰਤੀ ਬੱਚੇ ਸੀਡ ਮਨੀ ਦਿੱਤੀ ਜਾਵੇਗੀ। ਨੰਬਰ 10 ਤੇ ਸਿੱਖਿਆ ਮੰਤਰੀ ਦੀ ਵੀ ਜ਼ਿੰਮੇਵਾਰੀ ਸੰਭਾਲ ਰਹੇ ਮਨੀਸ਼ ਸਿਸੋਦੀਆ ਨੇ ਐਲਾਨ ਕੀਤਾ ਕਿ ਦਿੱਲੀ ਵਿੱਚ ਵਰਚੁਅਲ ਮਾਡਲਿੰਗ ਸਕੂਲ ਦੀ ਸ਼ੁਰੂਆਤ ਕੀਤੀ ਜਾਵੇਗੀ। ਉਹਨਾਂ ਨੇ ਦੱਸਿਆ ਕਿ ਦੁਨੀਆਂ ਦੇ ਵਿੱਚ ਆਪਣੇ ਹਰ ਤਰ੍ਹਾਂ ਦਾ ਪਹਿਲਾ ਸਕੂਲ ਹੋਊਗਾ ਜਿੱਥੇ ਕੋਈ ਚਾਰਦੀਵਾਰੀ ਨਹੀਂ ਹੋਏਗੀ। ਦੁਨੀਆਂ ਦੇ ਕਿਸੇ ਵੀ ਕੋਨੇ 'ਚ ਬਹਿ ਕੇ ਤੁਸੀਂ ਦਿੱਲੀ ਦੇ ਵਿੱਚ ਸਿੱਖਿਆ ਮਾਡਲ ਦਾ ਲਾਭ ਚੱਕ ਸਕੋ। ਉਹਨੇ ਦੱਸਿਆ ਕਿ ਇੱਦਾਂ ਦੇ ਸਕੂਲ ਦਾ ਡਿਜ਼ਾਈਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ। ਪੰਜਾਬੀ ਖਬਰਾਂ ਦੇ ਵਿੱਚ ਵੱਡੀ ਖਬਰਾਂ ਦੇਖਣੀ ਸੁਣੀਆਂ ਪੜ੍ਹਨੀਆਂ ਤਾਂ ਬਣੇ ਰਹੋ ਆਜ ਨਿਊਜ਼ ਵਾਲਾ .com ਦੇ ਨਾਲ।